ਤੇ ਦੂਸਰੀ ਗੱਲ ਆ ਜਿਹੜੇ ਆ ਵੀਡੀਓ ਵੂਡੀਓ ਬਣਾਉਂਦੇ ਆ ਇੰਸਟਾਗ੍ਰਾਮ ਤੇ ਕੁੜੀਆਂ ਮੁੰਡੇ ਆ ਸਾਰੇ ਨਿਗਾਹ ਚ ਸਾਡੇ, ਇਹਨਾਂ ਚੋਂ ਵੀ ਇੱਕ ਅੱਧਾ ਹੀ ਚੋਪੜ ਦੇਣਾ ਮੇਰਾ ਵੀਰ, ਇਹਨਾਂ ਨੂੰ ਵੀ ਇੱਕ ਸੁਨੇਹਾ ਵਾ, ਸੁੱਖ ਰਤੀਆ ਰੁਤੀਆ ਜਿੰਨੇ ਵੀ ਆ, ਠੀਕ ਹੈ, ਇਹਨੂੰ ਮੈਂ ਫੋਨ ਵੀ ਲਾਇਆ ਸੀ, ਕਹਿੰਦਾ ਮੈਂ ਵੀਡੀਓ ਬਣਾਊਂਗਾ ਤੇ ਮੈਂ ਇਹਨੂੰ ਇੱਕੋ ਸੁਨੇਹਾ ਦਿੰਦਾ ਵਾ, ਸੁੱਖ ਰਤੀ ਇਹਨੂੰ ਜਾਂ ਹੋਰ ਜਿੰਨੇ ਵੀ ਆ ਵੀਡੀਓ ਵੂਡੀਓ ਇੰਸਟਾ ਇੰਸਟਾਗ੍ਰਾਮ ਤੇ ਬਣਾਉਂਦੇ ਆ, ਇਹਨਾਂ ਦੇ ਮੇਰੇ ਵੀਰ ਇਹਨਾਂ ਦੇ ਪੀਜੇ ਪੂਜੇ ਅਸੀਂ ਜਮਾ ਖਿਲਾਰ ਦੇਣੇ, ਬਾਅਦ ਚ ਮਾਰਨੇ ਪੈ ਜਾਣੇ ਸਾਨੂੰ, ਠੀਕ ਹੈ, ਇਹਨਾਂ ਚੋਂ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਵੀ ਬੇਨਤੀ, ਇਹਨਾਂ ਨੂੰ ਤੁਸੀਂ ਆਪ ਸਮਝਾ ਲਓ, ਆ ਗੰਦ ਪਾਉਣਾ ਇਹ ਬੰਦ ਕਰ ਦੇਣ, ਐ ਨਾ ਹੋਵੇ ਸਾਨੂੰ ਮਾਰਨੇ ਪੈ ਜਾਣ, ਠੀਕ ਹੈ ਜੀ। ਕੁੱਲੜ ਪੀਜ਼ਾ ਕਪਲ ਨੂੰ ਹੁਣ ਅੱਤਵਾਦੀ ਅਰਸ਼ ਡਾਲਾ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਨਿਹੰਗ ਸਿੰਘਾਂ ਤੋਂ ਬਾਅਦ ਹੁਣ ਅੱਤਵਾਦੀ ਅਰਸ਼ ਡਾਲਾ ਦੇ ਵੱਲੋਂ ਵਿਦੇਸ਼ ਦੇ ਵਿੱਚ ਬੈਠ ਕੇ ਕੁੱਲੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਇਹ ਧਮਕੀ ਦਿੱਤੀ ਗਈ ਹੈ। ਤਾਂ ਪਿਛਲੇ ਹੀ ਦਿਨੀ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਨਾਮ ਦੇ ਸ਼ਖਸ ਦਾ ਕਤਲ ਹੋਇਆ ਸੀ ਜਿਸਦਾ ਕਿ ਮਾਸਟਰ ਮਾਈਂਡ ਅਰਸ਼ ਡਾਲਾ ਹੈ, ਜਿਸਦੀ ਕਿ ਪੁਸ਼ਟੀ DGP ਪੰਜਾਬ ਗੌਰਵ ਯਾਦਵ ਦੇ ਵੱਲੋਂ ਵੀ ਕੀਤੀ ਗਈ। ਤਾਂ ਦੱਸ ਦਈਏ ਕਿ ਇਸ ਸੰਬੰਧੀ ਇਸਦੀ ਇੱਕ ਆਡੀਓ ਲੀਕ ਹੋਈ ਹੈ ਜਿਸ ਦੇ ਵਿੱਚ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦੇ ਨਾਲ ਇਸਦੀ ਪੁਰਾਣੀ ਦੁਸ਼ਮਣੀ ਸੀ ਤਾਂ ਕਈ ਵਾਰ ਉਸ ਨੂੰ ਸਮਝਾਇਆ ਵੀ ਗਿਆ ਸੀ, ਪਰ ਉਸਦੇ ਵੱਲੋਂ ਕਿਸੇ ਲੜਕੀ ਦੀ ਛਵੀ ਸੀ ਜਿਹੜੀ ਉਹ ਗਲਤ ਬਣਾਈ ਗਈ ਸੀ, ਜਿਸ ਤੋਂ ਬਾਅਦ ਉਸਦਾ ਕਤਲ ਕੀਤਾ ਗਿਆ ਸੀ। ਤਾਂ ਇਸਦੇ ਵੱਲੋਂ ਇਨਡਾਇਰੈਕਟ ਵੇ ਦੇ ਨਾਲ ਇੰਸਟਾ ਤੇ ਰੀਲ ਬਣਾਉਣ ਵਾਲੇ ਕੁੱਲੜ ਪੀਜ਼ਾ ਕਪਲ ਅਤੇ ਇੱਕ ਹੋਰ ਲੜਕੀ ਨੂੰ ਵੀ ਧਮਕੀ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਇਸ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਵੀਡੀਓ ਬਣਾਉਣ ਤੋਂ ਬਾਅਦ ਨਾ ਆਏ ਤਾਂ ਇਸਦਾ ਅੰਜਾਮ ਬੁਰਾ ਹੋਵੇਗਾ। ਤਾਂ ਤੁਸੀਂ ਵੀ ਇਹ ਆਡੀਓ ਪੂਰੀ ਸੁਣੋ, ਕਿਸ ਤਰੀਕੇ ਦੇ ਨਾਲ ਇਸਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ।